ਚੱਲ ਕੋਈ ਨਾ ਪੁੱਤ ਮੈਨੂੰ ਵੀ ਕਰਤਾਰੂਗਾ ਕਿਹਨੇ ਆਖਣਾ ਛੱਡੂਗਾ ਨਿੰਮ ਤੇ ਕਰੇਲਾ ਚੜਾ ਕੇ ਥੋੜੀ ਚਾਬੀ ਤਾਂ ਭਰਤੀ ਅੱਡ ਕਰਾ ਕੇ ਹਟੂ ਹੁਣ ਤਾਂ। ਚੱਲ ਯਾਰ ਅੱਜ ਤਾਂ ਹੈ ਨੀ ਉਹ ਇੱਥੇ ਤੇ ਆਪਦਾ ਥਾਂ ਹੀ ਵਧਾ ਲਏ ਮਾੜਾ ਮੋਟਾ। ਮੈਂ ਵਧਾਉਣਾ ਤੇਰਾ ਥਾਂ। ਹਾਂ ਉਹ ਕੀ ਕਰ ਲੇਗਾ, ਟਲਿਆ ਨੀ ਤੂੰ ਨੀ ਟਲਦਾ, ਟਲਾਉਣਾ ਫਿਰ ਤੈਨੂੰ ਖੜ ਜਾ ਦੇਖ ਲੈਨੇ ਆ। ਕੀ ਗੱਲ ਭਤੀਜੇ, ਪਾਣੀ ਵੱਢ ਲੈ ਅੱਜ। ਹੋਰ ਚਾਚਾ ਲੋੜ ਸੀਗੀ ਬਾਪੂ। ਓਏ ਬਾਪੂ, ਚੰਗਾ ਨੀ ਕੀਤਾ ਹੋਇਆ ਉਹਨੇ ਕੁੰਦਰ ਨੇ। ਓਏ ਆਹੀ ਆ ਵੱਡਾ ਬੈਲੀ ਸਾਹਿਬ ਜੀ ਆਏ ਫੜ ਕੇ ਆਏ। ਓਏ ਘਰ ਹੀ ਚਲੋ ਚੱਲ ਗਏ ਜਾਨਾ, ਜੱਟ ਬੰਦਾ ਮਾਰ ਕੇ ਆਇਆ ਨੀ ਭਾਗਦਾ ਹੁਣ। ਆਇਆ ਆਊਗਾ ਮੈਂ, ਯਾਦ ਰੱਖੀ। ਤੈਨੂੰ ਲੈ ਕੇ ਜਾਂਦੇ ਕੋਈ ਨੀ, ਆ ਜੀ ਤੂੰ। ਸੂਬਾ ਸਿੰਘ, ਚੋਰੀ ਵਾਲੇ ਮਾਮਲੇ ਤੈਤੀ ਘਰ ਚੱਲੀ ਜਾਂਦੀ ਕਿ ਨਹੀਂ? ਹਾਂਜੀ ਸਾਹਿਬ ਜੀ, ਹਾਂਜੀ ਚੱਲੀ ਜਾਂਦੀ ਆ। ਠੀਕ ਆ, ਉਹ ਅੰਦਰਲੇ ਬੜਾ ਰੌਲਾ ਪਾਉਂਦੇ ਯਾਰ, ਉਹਨਾਂ ਨੂੰ ਦੇਖੋ। ਚਲੋ ਲੈ ਜਾਓ ਅੰਦਰ, ਚੜਾਓ ਪਟਾ ਤੇ ਅੰਦਰ ਲੈ ਵੀ ਬੜੇ ਤਪਾਈ ਜਾਂਦੇ, ਰੌਲਾ ਪਾਈ ਜਾਂਦੇ ਆ। ਉਹਨਾਂ ਨੇ ਥੋੜਾ ਕਾਰਵਾਈ ਕਰਾਂਗੇ। ਸੁੱਖਾ ਸਿੰਘ, ਆ ਚੱਕ ਅਸਲੇ ਤੇ ਜਾ ਕੇ ਲੋਕਰ ਚ ਰੱਖਿਆ ਜਾ ਕੇ। ਸਾਹਿਬ ਜੀ ਅੱਜ ਤਾਂ ਦ੍ਰਿਸ਼ ਵੇਖਣ ਵੇਖਣ ਜਾਂਦਾ ਨੀ ਜੀ। ਅੱਛਾ, ਇੰਨੇ ਫਿਰ ਦੋ ਬਹੁਤ ਚੱਲਦੇ ਨੇ ਪਿੰਡਾਂ ਵਾਲੇ, ਬਹੁਤ ਅੱਜ ਕੱਲ੍ਹ ਬੈਲੀ ਬਣ ਲੱਗ ਗਈ। ਕੋਈ ਨੀ, ਲਾਉਣੇ ਬਦਮਾਸ਼ੀ ਉਹਦੀ ਆਪਾਂ ਖੜ ਜਾ। ਉਹ ਸੁੱਖਾ ਸਿੰਘ ਲਿਆ, ਉਹ ਵੱਡੇ ਬਦਮਾਸ਼ ਨੂੰ ਇੱਥੇ ਲਿਆ ਲਿਆ। ਜਨਾਬ ਚੰਗੀ ਤਰ੍ਹਾਂ ਰਿਪੇਅਰ ਕਰਨੇ ਆ ਜੀ। ਕੋਈ ਨੀ, ਤੂੰ ਬੇਫਿਕਰ ਰਹਿ। ਤੇ ਕਾ ਕੀ ਕਰਨਾ, ਜਮਾ ਇੰਜ ਨਾ ਬਦਮਾਸ਼ੀ ਲਾਏ ਬੱਲੇ, ਆਪਾਂ ਨੂੰ ਡਰਨਾ ਕੱਢਦੇ ਆ ਜਨਾਬ, ਹਵਾ ਵਾਸਤੇ ਬਾਹਰ ਮੂਹਰੋਂ ਚੱਲੋ। ਹਾਂ ਬੱਲਿਆ, ਕੋਈ ਜ਼ਿਆਦਾ ਬਦਮਾਸ਼ੀ ਚੜੀਏ ਤੈਨੂੰ? ਬਦਮਾਸ਼ੀ ਨੀ ਜੀ, ਹਾਲਾਤ ਬਣਾਉਂਦੇ ਆ, ਹਾਲਾਤ ਹਾਲਾਤ ਤਾਂ ਤੇਰੇ ਪੈਰ ਬਣਾਉਣਾ। ਤੈਨੂੰ ਦੱਸਦੇ ਆ ਕੜਾ ਓਏ ਜਾ ਓਏ ਆ ਪੂਰਾ ਬੈਠ ਲਾ ਕੇ ਚਲੋ ਜਨਾਬ ਜੀ, ਮੈਂ ਕਰ ਗੱਲ ਹੋ ਗਿਆ। ਚੱਕ ਕੇ
ਅਰਜਾ ਕੱਢ ਦੇ ਤੇਰੀ ਚਰਬੀ ਇਕਦਾ ਕਿਧਰ ਖੜਾ ਹੋ ਓਲੇ ਆਪੂ ਰਬ ਦੂਖ ਆ ਗਿਆ ਜੀ ਆ ਗਿਆ ਪਰਹਣਾ ਆ ਹੈ ਬੈਠੋ ਮੈਨੂੰ ਖੜਾਵਾ ਪੂਰਾ ਬਦੂਖ ਆ ਲੋ ਲੰਦਾ ਲੋ ਤੈਨੂੰ ਕੋ ਜਨਾਬ ਪਾਲੂ ਮੇਰਾ ਪਈ ਚੱਲ ਓਏ ਚੱਲ ਓਏ ਅੰਦਰ ਸੱਟੇ ਨੂੰ ਅੰਦਰ ਆਇਆ ਇੱਧਰ ਇਹ ਕਿੱਧਰ ਡਿੱਗਦਾ ਆਏ ਓਏ ਉਮਰ ਕੀ ਹੈ ਤੇਰੀ ਹੁਣ ਜੇਬਾਂ ਕਤਰੀ ਜਾਂਦਾ ਤੂੰ ਲੋਕਾਂ ਦੀਆਂ ਇੱਥੇ ਮੈਨੂੰ ਹੁਣ ਬਸ ਬਹੁਤ ਲੰਬੀ ਕਹਾਣੀ ਹੈ ਸਾਡੀ ਅੱਛਾ ਕੀ ਕਰ ਸਕਦੇ ਪੁਰਾਣਾ ਜ਼ਮਾਨਤ ਕਰਾਉਣੀ ਸੀ ਜੀ ਬਾਈ ਔਖਾ ਉਹਦਾ ਤਾਂ ਕਤਲ ਕੇ ਚਾਦਾ ਉੱਤੇ ਛੇ ਮਹੀਨੇ ਹੋ ਗਏ ਕੀ ਸੇਵਾ ਰਿਸ਼ਵਤ ਨਾ ਹੋਏ ਵਿੱਚ ਬਹਿਣੂ ਗੱਲ ਸੁਣ ਬਾਈ ਸਾਹਿਬ ਨੂੰ ਮੈਂ ਮਥਾ ਬਣਾਇਆ ਤੇ ਆਪਣੀ ਬਾਹਰ ਨੀ ਜਾਣੀ ਚਾਹੀਦੀ ਜੇ ਤੂੰ ਮੈਨੂੰ ਫੜਾ ਜੇ ਤੇ ਆਪਣਾ ਬੰਦਾ ਲੈ ਜਾ ਬਾਹਰ ਠੀਕ ਗੱਲ ਨੀ ਜਾਣੀ ਚਾਹੀਦੀ ਬਾਹਰ ਚੰਗਾ ਉਹ ਲੈ ਆ ਸਾਹਿਬ ਜੀ ਆਪਣਾ ਕੰਮ ਕਰਤਾ ਬੰਦੇ ਨੇ ਤੇ ਚਲੋ ਆਪਾਂ ਭੇਜ ਦਿੰਦਾ ਨਾ ਉਹ ਪੂਰਾ ਸਿਆ ਹਾਂਜੀ ਜਨਾਬ ਜੀ ਡਾਕਟਰ ਨੂੰ ਬਾਹਰ ਵਕੀਲੇ ਨੂੰ ਕਰਦੇ ਹੋਏ ਮਾਵਾ ਕੀਤਾ ਸੀਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਆਇਆ ਸੈਨ ਕਰ ਜਾ ਜਾਣ ਪਛਾਣ ਵਾਲੇ ਕਿੱਥੇ ਜਿੱਥੇ ਤੇਰੇ ਨਾਲ ਹੋਵੇ ਕੁਛ ਨੀ ਰੱਖਿਆ ਕੰਮਾਂ ਚ ਠੀਕ ਹੈ ਜੀ ਠੀਕ ਹੈ ਸਾਹਿਬ ਜੀ ਠੀਕ ਹੈ ਬਾਈ ਯਾਰ ਮੈਨੂੰ ਇੱਕ ਗੱਲ ਸਮਝ ਨੀ ਆਈ ਤੂੰ ਮੈਨੂੰ ਬਰੀ ਕਾਹਤੋਂ ਕਰਾਇਆ ਬਾਈ ਤੂੰ ਮੈਨੂੰ ਬਰੀ ਕਾਹਤੋਂ ਕਰਾਇਆ ਮੇਰੇ ਤਾਂ ਅੱਗੇ ਪਿੱਛੇ ਵੀ ਹੈ ਨੀ ਕੋਈ ਬਹੁਤ ਲੰਮੀ ਕਹਾਣੀ ਹੈ ਜਮੀਨ ਬਾਈ ਤੇਰੀ ਨੱਪੀ ਆ ਸ਼ਹਿਰ ਚ ਮੇਰਾ ਕੀ ਉਹ ਆ ਬਾਈ ਗੋਲੀ ਚੱਲੀ ਨਾ ਛੇ ਮਹੀਨੇ ਪਹਿਲਾਂ ਪੁੱਤਰ ਤਾਏ ਦੇ ਮੁੰਡੇ ਨੇ ਕਰਤਾ ਨੂੰ ਮੈਂ ਸ਼ਹਿਰ ਦੀ ਚਲਾਈ ਸੀ ਕੀ ਬਾਈ ਤੂੰ ਸੱਚ ਕਹਿਣਾ ਅਸਲਾ ਤਾਂ ਬਾਈ ਮੇਰਾ ਠਾਣੇ ਚ ਪਿਆ ਅਸਲਾ ਤਾਂ ਬਾਈ ਤੈਨੂੰ ਮੈਂ ਦੂੰਗਾ ਤੇਰੇ ਨਾਲ ਆ ਮਤਲਬ ਆਪਾਂ ਲੈਣਾ ਹੀ ਆ ਚੱਲ ਬਾਈ ਆ ਜਾ ਕਰਕੇ ਘਰ ਚਲਾ।
ਨੇ ਪਾਇਆ ਬਦਲਾ ਲੈ ਲਈ ਚੋਣਿਆ ਗੱਲ ਹੋ ਗਈ ਸਾਹਿਬ ਜੀ, ਜੀ ਤੋਂ ਆਪਾਂ ਡਰਦੇ ਸੀਗੇ, ਪੌਣੀ ਗੁਰ ਨੱਥ ਵਕੀਲੇ ਨੂੰ, ਹੁਣ ਤਾਂ ਮੈਨੂੰ ਲੱਗਦਾ ਲੱਗਦਾ ਮੈਨੂੰ ਵੀ ਕਰਨਾ ਪਊ ਹੱਲ। ਕੋਈ ਨੀ, ਸੁੱਖਿਆ ਬੇਫਿਕਰ ਕਰਦੇ ਹੱਲ, ਆ ਜਾ ਸਰਕਾਰ ਤੋਂ ਆਰਡਰ ਰਿਕਾਊਂਟਰ ਦਾ, ਚੱਲ ਗੱਡੀ ਤੋਰ ਦੂ। ਚਲੋ ਜੀ, ਸੁੱਖਿਆ ਮੁੰਡੇ ਨੂੰ ਲਿਆ ਜਿਹੜਾ ਵਾਰਦਾਤ ਦੱਸਣਾ ਅਸੀਂ ਕਰਕੇ ਪੁੱਛ ਗਏ ਸੀ ਯਾਰ। ਸੁੱਖਿਆ ਗੱਲ ਸੁਣਾ, ਇਹ ਬੰਦੇ ਤੂੰ ਨਿਗਾਹ ਰੱਖਣੀ ਆ, ਹਾਂ ਨਿਗਾਹ ਰੱਖਣੀ ਆ ਪੂਰੀ ਇਹਦੇ, ਭਾਵੇਂ ਆਪਾਂ ਨੂੰ ਬੰਦਾ ਹੋਰ ਲੱਭੇ ਨਾ ਲੱਭੇ, ਪਰ ਇਹਦੇ ਨਿਗਾਹ ਰੱਖਣੀ ਆ ਆਪਾਂ। ਠੀਕ ਆ, ਚਲੋ ਕਰਦੇ ਹਾਂ ਹੱਲ। ਮੈਨੂੰ ਥੋੜੀ ਜਿਹੀ ਭਾਈ ਚਲਾ ਖਾਨੇਦਾਰਾ।
ਗੱਡੀ ਹੋ ਜਾ ਸਤਿ ਸ਼੍ਰੀ ਅਕਾਲ ਦੋਸਤੋ, ਜਿਸ ਤਰ੍ਹਾਂ ਤੁਸੀਂ ਸਾਡੀਆਂ ਪਹਿਲਾਂ ਵੀ ਵੀਡੀਓ ਨੂੰ ਪਿਆਰ ਦਿੱਤਾ, ਸਪੋਰਟ ਕੀਤੀ ਆ, ਉਮੀਦ ਆ ਇਸ ਵਾਰ ਵੀ ਸਾਡੀ ਵੀਡੀਓ ਨੂੰ ਤੁਸੀਂ ਉਸੇ ਤਰ੍ਹਾਂ ਹੀ ਪਿਆਰ ਦਿਓਗੇ, ਸਪੋਰਟ ਕਰੋਗੇ। ਵੀਰੇ, ਇਹ ਸਿਰਫ ਵੀਡੀਓ ਇੰਟਰਟੇਨਮੈਂਟ ਪਰਪਸ ਲਈ ਆ, ਕੋਈ ਇਸ ਵਿੱਚ ਅਸਲਾ ਪ੍ਰਮੋਟਿੰਗ ਨਹੀਂ, ਕੋਈ ਇਸ ਵਿੱਚ ਗੁੰਡਾਗਰਦੀ ਪ੍ਰਮੋਟ ਨਹੀਂ, ਸਿਰਫ ਇਹੀ ਗੁਜ਼ਾਰਿਸ਼ ਆ ਸਾਡੀ ਵੀ ਇਹਨੂੰ ਇੰਟਰਟੇਨਮੈਂਟ ਪਰਪਸ ਲਈ ਦੇਖਿਓ। ਤੇ ਦੋਸਤੋ, ਬਸ ਬਾਹਲਾ ਵੀਡੀਓ ਨੂੰ ਲੈ ਕੇ ਡੀਪਲੀ ਨਾ ਜਾਇਓ, ਕਿਉਂਕਿ ਤੁਹਾਨੂੰ ਪਤਾ ਸਿਕੰਦਰ ਵੀ ਖਾਲੀ ਹੱਥੀ ਗਿਆ ਸੀ, ਸੋ ਜ਼ਮੀਨਾਂ ਜਾਇਦਾਦ ਆਪਾਂ ਨਾਲ ਨਹੀਂ ਲੈ ਜਾਣੀਆਂ, ਸਭ ਕੁਛ ਇੱਥੇ ਰਹਿ ਜਾਣਾ, ਘਰਾਂ ਚ ਥਵਾਕ ਹੋਣਾ ਚਾਹੀਦਾ, ਆਪਣੇ ਮੋਹ ਪਿਆਰ ਹੋਣਾ ਚਾਹੀਦਾ ਆਪਣੇ ਚ। ਇਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ। ਇੱਕ ਫੋਨ ਉੱਤੇ ਦੁਨੀਆ ਕਮਾ ਸਕਦੇ, ਫਿੱਟ ਕੀਤੇ ਹੋਇਆ ਪੂਰੇ ਹੀ ਜਗਾੜ ਜੱਟ ਨੇ, ਕੀਤੇ ਹੋਇਆ ਪੂਰੇ ਹੀ ਜਗਾੜ ਜੱਟ ਨੇ। ਇੰਨੀਆਂ ਤਾਂ ਗੀਟੀਆਂ ਦੀ ਜੋੜ ਹੁੰਦੀਆਂ, ਜਿੰਨੇ ਜੋੜੇ ਹੋਇਆ ਬਿੱਲੋ ਯਾਰ ਜੱਟ ਨੇ। ਇੰਨੀਆਂ ਤਾਂ ਗੀਟੀਆਂ ਦੀ ਜੋੜ ਹੁੰਦੀਆਂ, ਜਿੰਨੇ ਜੋੜੇ ਹੋਇਆ ਬਿੱਲੋ ਯਾਰ ਜੱਟ ਨੇ, ਜਿੰਨੇ ਜੋੜੇ ਹੋਇਆ ਬਿੱਲੋ।